ਮੈਂ ਸ਼ਰਨਦੀਪ ਕੌਰ ਮੈਂ ਤੁਹਾਡਾ ਸਭ ਦਾ ਸਵਾਗਤ ਕਰਦੀ ਹਾਂ ਜਿਵੇਂ ਕਿ ਤੁਹਾਨੂੰ ਸਭ ਨੂੰ ਪਤਾ ਹੈ ਕਿ ਲੋਹੜੀ ਦਾ ਤਿਉਹਾਰ ਚੱਲ ਰਿਹਾ ਹੈ ਤਾਂ ਇਸ ਤਿਉਹਾਰ ਦੇ ਮੌਕੇ 'ਤੇ ਅਸੀਂ ਅਕਾਲ ਮਾਰਕੀਟ ਦੇ ਪ੍ਰਧਾਨ ਸ਼੍ਰੀ ਗੁਰੂ ਰਵਿੰਦਰ ਸਿੰਘ ਜੀ ਨਾਲ ਕੁਝ ਲੋਹੜੀ ਦਾ ਸੰਦੇਸ਼ ਲੈਣਾ ਚਾਹੁੰਦੇ ਹਾਂ ਵਾਹਿਗੁਰੂ ਖਾਲਸਾ ਵਾਹਿਗੁਰੂ ਫਤਿਹ ਜੀ ਮੇਰੀ ਤਾਂ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਹੈ ਕਿ ਸਾਰੇ ਇਕੱਠੇ ਹੋ ਕੇ ਪਹਿਲਾਂ ਤਾਂ ਕਿਸਾਨਾਂ ਦਾ ਸਾਥ ਦਿਓ ਅਤੇ ਉਸ ਤੋਂ ਬਾਅਦ ਜਦ ਕਿ ਕਿਸਾਨਾਂ ਦੇ ਹੱਕ ਵਿੱਚ ਜੈ ਜਵਾਨ ਜੈ ਕਿਸਾਨ ਦਾ ਨਾਰਾ ਲਗਾਓ ਅਤੇ ਇੱਕ ਤਾਂ ਮੇਰੀ ਸਭ ਤੋਂ ਪਹਿਲਾਂ ਇਹ ਗੁੰਜਾਇਸ਼ ਹੈ ਜੀ ਹੱਥ ਜੋੜ ਕੇ ਬੇਨਤੀ ਹੈ ਕਿ ਇੱਕ ਜਿਹੜੀ ਚਾਈਨਾ ਦੀ ਡੋਰ ਦਾ ਸਾਰਿਆਂ ਨੂੰ ਬੱਚਿਆਂ ਨੂੰ ਇਹਦਾ ਇਸ ਡੋਰ ਤੋਂ ਦੂਰ ਰੱਖਿਆ ਜਾਵੇ ਕਿਉਂਕਿ ਇਹ ਡੋਰ ਦਾ ਇੰਨਾ ਫਾਇਦਾ ਜਿੰਨਾ ਨੁਕਸਾਨ ਹੈ ਬੱਚੇ ਖੁਸ਼ੀ ਖੁਸ਼ੀ ਡੋਰ ਲੈਂਦੇ ਹਨ ਜਦਕਿ ਉਸ ਚੀਜ਼ ਦਾ ਨੁਕਸਾਨ ਬਹੁਤ ਹੈ ਉਸ ਤੋਂ ਬਾਅਦ ਇਹ ਜਿਹੜੀ ਅੱਜ ਕਿਸਾਨ ਅੰਦੋਲਨ ਚੱਲ ਰਿਹਾ ਇਸ ਅੰਦੋਲਨ 'ਚ ਅੱਜ ਤਾਂ ਸਰਕਾਰ ਨੂੰ ਇਹ ਬੇਨਤੀ ਕਰ ਰਹੇ ਹਾਂ ਕਿ ਇਹ ਕਾਨੂੰਨ ਵਾਪਸੀ ਕੀਤੀ ਜਾਣ ਕਿ ਜਦਕਿ ਖੁਸ਼ੀ ਖੁਸ਼ੀ 'ਚ ਜਿਹੜੇ ਠੰਡ 'ਚ ਕਿਸਾਨ ਬੈਠੇ ਹਨ ਵੀਰ ਉਹ ਘਰ ਵਾਪਸ ਪਰਤ ਕੇ ਇਹ ਤਿਉਹਾਰ ਨੂੰ ਖੁਸ਼ੀ ਨਾਲ ਮਨਾ ਸਕਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਫਤਿਹ ਜੀ